नमस्कार, आप देख रहे हैं भारत टाइम्स न्यूज और मैं हूं आपके साथ कंचन। अमृतसर कोलकाता में महिला डॉक्टर से रेप और हत्या के बाद लगातार इस मामले पर चर्चा हो रही है, जिसके चलते देश भर में डॉक्टर हड़ताल पर हैं और वहीं मेडिकल सुविधाएं बंद हैं, जिसके चलते अमृतसर के गुरु नानक देव अस्पताल में डॉक्टर लगातार विरोध प्रदर्शन कर रहे हैं और इनका कहना है कि जब तक मृतक को न्याय नहीं मिल जाता है और हमारी सुरक्षा सुनिश्चित नहीं हो जाती है, हमारा धरना जारी रहेगा। मेरा नाम सिमरप्रीत कौर है, मैं फिजियोथेरेपिस्ट हूँ गुरु नानक देव हॉस्पिटल। मैम, जिस देश के खबर चल रही है उस किसी भी दिक्कत नहीं देख रहे? सर, बेसिकली बहुत डर पाउण वाली घटना है। बेसिकली ये है जिवें हुण असीं दूसरी सिटीज़ तों आके दूसरी सिटीज़ दे विच काम कर रहे हैं, पेरेंट्स बहुत अनसेफ महसूस कर रहे हैं। मतलब बहुत गलत चीज़ हुई है एक डॉक्टर दे नाल, क्योंकि डॉक्टर सारियां दी जानां बचाउंदे ने, बट उन्हां दी ही जान लै ली गई है। ਸਰ, ਮੈਨੂੰ ਬੇਸਿਕਲੀ 3 ਸਾਲ ਹੋ ਗਏ ਨੇ ਸਪਤੰਬਰ ਦੇ ਵਿੱਚ। ਸਰ, ਜਿਵੇਂ ਹੁਣ ਆਸ ਪਾਸ ਟਰੈਵਲ ਕਰਨਾ ਹੈ ਜਾਂ ਇੱਥੇ ਰਹਿਣਾ ਹੈ, ਉਹ ਚੀਜ਼ ਅਨਸੇਫ ਲੱਗ ਰਹੀ ਹੈ, ਕਿਉਂਕਿ ਕੁਛ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ। ਮਤਲਬ ਇਹ ਚੀਜ਼ ਸਾਨੂੰ ਅਨਸੇਫ ਮਹਿਸੂਸ ਕਰਵਾ ਰਹੀ ਹੈ। ਜਿਵੇਂ ਪੇਸ਼ੈਂਟਸ ਵਗੈਰਾ ਨਾਲ ਅਸੀਂ ਕਲੋਜ਼ ਕੰਟੈਕਟ ਦੇ ਵਿੱਚ ਹੁੰਦੇ ਹਾਂ, ਬਿਕੋਜ਼ ਫਿਜ਼ੀਓਥੈਰੇਪਿਸਟ ਹਾਂ ਅਸੀਂ, ਸਾਨੂੰ ਜ਼ਿਆਦਾ ਸਮਾਂ ਇੱਕ ਪੇਸ਼ੈਂਟ ਦੇ ਨਾਲ ਬਤੀਤ ਕਰਨਾ ਪੈਂਦਾ, ਪਲੱਸ ਫਿਜ਼ੀਕਲ ਟੱਚ ਬਹੁਤ ਜ਼ਿਆਦਾ ਹੁੰਦਾ। ਐਜ਼ ਅ ਫੀਮੇਲ, ਮਤਲਬ ਉਹ ਚੀਜ਼ ਹੁਣ ਅਨਸੇਫ ਲੱਗ ਰਹੀ ਹੈ ਕਿ ਮਤਲਬ ਕਿਸੇ ਪੇਸ਼ੈਂਟ ਨੂੰ ਕਿਵੇਂ ਟ੍ਰੀਟ ਕਰੀਏ। ਪਰ ਲੱਗਦਾ ਕਿ ਫੈਮਿਲੀ ਨੂੰ ਵੀ ਕੋਈ ਟੈਨਸ਼ਨ ਹੈਗੀ, ਫੈਮਿਲੀ ਨਾਲ ਗੱਲਬਾਤ ਹੋ ਰਹੀ ਹੈ? ਬਿਲਕੁਲ ਸਰ, ਫੈਮਿਲੀ ਦੇ ਵਾਰ ਵਾਰ ਫੋਨ ਆ ਰਹੇ ਨੇ, ਈਵਨ ਫੈਮਿਲੀ ਮੇਰੇ ਕੋਲ ਹੋ ਕੇ ਵੀ ਗਈ ਹੈ। ਮਤਲਬ ਉਹਨਾਂ ਨੂੰ ਵੀ ਇਹ ਚੀਜ਼ ਬਹੁਤ ਡਰਾ ਰਹੀ ਹੈ। ਉਹ ਇਹ ਵੀ ਕਹਿ ਰਹੇ ਨੇ ਕਿ ਅਗਰ ਤੁਹਾਡਾ ਮਨ ਹੈ ਤਾਂ ਰੁਕਣ ਦਾ ਰੁਕੋ, ਨਹੀਂ ਤਾਂ ਅਦਰਵਾਈਜ਼ ਜੇ ਤੁਹਾਨੂੰ ਸੇਫ ਨਹੀਂ ਲੱਗਦਾ ਤਾਂ ਤੁਸੀਂ ਘਰ ਆ ਸਕਦੇ। ਲੱਗਦਾ ਕਿ ਪਹਿਲਾਂ ਕਲਕੱਤਾ ਦੇ ਵਿੱਚ ਹੋਈਆਂ, ਫਿਰ ਉਸ ਤੋਂ ਬਾਅਦ ਫਿਰ ਘਟਨਾ ਇੰਨਾ ਵਾਪਰ ਗਿਆ ਨੇ, ਮਹਿਲਾ ਡਾਕਟਰ ਸੇਫ ਨਹੀਂ ਸਮਝਿਆ ਫੈਮਿਲੀ? ਸਰ, ਬਿਲਕੁਲ, ਹੁਣ ਤੁਸੀਂ ਕੁੜੀਆਂ ਨੂੰ ਵੀ ਪੁੱਛੋਗੇ, ਸਾਰੇ ਇਹੀ ਕਹਿਣਗੇ ਵੀ ਸੇਫਟੀ ਨਹੀਂ ਮਹਿਸੂਸ ਹੋ ਰਹੀ ਲਗਾਤਾਰ, ਮਤਲਬ ਐਨਜਾਇਟੀ ਰਹਿ ਰਹੀ ਹੈ ਇਸ ਚੀਜ਼ ਕਰਕੇ। ਈਵਨ ਪੀਜੀਸ ਦੇ ਵਿੱਚ ਵੀ ਐਵੇਂ ਲੱਗ ਰਿਹਾ ਕਿ ਕੁਛ ਨਾ ਕੁਛ ਹੋ ਜਾਏਗਾ ਜਾਂ ਕੁਛ, ਇਹ ਡਰ ਰਹਿ ਰਿਹਾ ਲਗਾਤਾਰ ਲੰਬੇ ਸਮੇਂ ਵਾਸਤੇ। ਸੁਰੱਖਿਆ ਹੋਣੀ ਚਾਹੀਦੀ ਮੇਰਾ ਡਾਕਟਰ? ਸਰ, ਸਿਕਿਉਰਿਟੀ ਹੋਣੀ ਚਾਹੀਦੀ, ਗਾਰਡਸ ਹੋਣੇ ਚਾਹੀਦੇ ਨੇ, ਕੈਮਰਾਜ਼ ਹੋਣੇ ਚਾਹੀਦੇ ਨੇ। ਜੇ ਕੋਈ ਇੰਸੀਡੈਂਟ ਹੁੰਦਾ ਵੀ ਹੈ, ਮਤਲਬ ਕੁਛ, ਅਸੀਂ ਇਹੋ ਜਿਹਾ ਕੋਈ ਸੈੱਲ ਹੋਣਾ ਚਾਹੀਦਾ ਜਿਹਦੇ ਵਿੱਚ ਜਾ ਕੇ ਆਪਾਂ ਕੰਪਲੇਂਟ ਕਰ ਸਕੀਏ ਅਤੇ ਸਾਡੀ ਸੁਣਵਾਈ ਹੋ ਸਕੇ। ਸਰ, ਕਿਸੇ ਦਾ ਕੁਛ ਨਹੀਂ ਪਤਾ ਹੈਗਾ ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ, ਆਪਣੀ ਸੇਫਟੀ ਆਪਣੇ ਹੱਥ ਦੇ ਵਿੱਚ ਹੁੰਦੀ ਹੈ। ਮਤਲਬ ਉਸ ਹਿਸਾਬ ਦੇ ਨਾਲ ਡਰ ਤਾਂ ਹੈ ਸਰ।